पुलिस ने लूटपाट करने वाले दो बदमाशों को पकड़ा। नकोदर पुलिस को उस समय बड़ी सफलता हासिल हुई जब नकोदर जालंधर रोड पर राहगीरों से लूटपाट करने वाले तीन आरोपियों को पुलिस ने पकड़ लिया। नकोदर सदर थाने के प्रभारी जजपाल ने जानकारी देते हुए बताया कि कुछ दिन पहले जालंधर से नकोदर आ रहे एक व्यक्ति पर कुछ लोगों ने हमला कर उनके साथ लूट की वारदात को अंजाम दिया था। इसी के तहत तीन आरोपियों को काबू किया गया है, जिनमें से दो मोबाइल व एक मोटरसाइकिल बरामद की गई है। पुलिस ने अदालत में इन्हें पेश कर इनकी रिमांड हासिल की है। हाँ जी सर, की मामला हैगा जी? है ये मामला इस कंग साबू एक वारदात हुई सी, उहदे विच गौरव शर्मा ने 112 ते कंप्लेंट कीती सी वी तीन अणपछाते व्यक्तियों ने उहनू दातर दे तेज़धार हथियार दिखा के उहदे कोलों दो मोबाइल फोन ते उहदी पर्स जिहड़ा आ खोह लिया आ। उस संबंधी जिहड़ा आ इहदे संबंधी परचा दर्ज करके जिहड़ी तफ्तीश जिहड़ी अमल विच लिआंदी ਅਤੇ ਮਿਤੀ 19-4 ਨੂੰ ਇਹ ਜਿਹੜੀ ਪਰਚਾ ਦਰਜ ਕੀਤਾ ਗਿਆ ਸੀਗਾ ਅਤੇ ਇਸ ਦੇ ਵਿੱਚ ਹਿਮਾਂਸ਼ੂ ਜੋ 6 ਤਰੀਕ ਨੂੰ ਜਿਹੜਾ ਮੁਖਬਰ ਖਾਸ ਨੇ ਦੱਸਿਆ ਵੀ ਆਪਣੇ ਪਿੰਡ ਘੁੰਮ ਰਿਹਾ ਆ ਉਹਨੂੰ ਜਿਹੜਾ ਆ ਅਰੈਸਟ ਕਰਕੇ ਉਹਦੇ ਤੋਂ ਜਿਹੜਾ ਇੱਕ ਆਈਫੋਨ ਖੋਹ ਕੀਤਾ ਗਿਆ ਸੀ ਉਹ ਬਰਾਮਦ ਕੀਤਾ ਗਿਆ ਅਤੇ ਉਹਦੀ ਅਰੈਸਟ ਪਾ ਕੇ ਉਹਦੇ ਫਰਦ ਇਨਸ਼ਾਫ ਦੇ ਪੁੱਛਗਿੱਛ 'ਚ ਉਹਨੂੰ ਜਿਹੜੇ ਆਪਣੇ ਦੋ ਨਾਲ ਦੇ ਸਾਥੀ ਸੀਗੇ ਉਹਨਾਂ ਦੇ ਨਾਮ ਦੱਸੇ ਆ, ਜਿਹਨਾਂ ਦੇ ਵਿੱਚੋਂ ਅਜੇ ਕੁਮਾਰ ਅਤੇ ਗਗਨ ਇਹ ਜਿਹੜੇ 8 ਤਰੀਕ ਨੂੰ ASI ਜਨਕ ਰਾਜ ਨੇ ਕੰਗ ਸਾਬੂ ਨਾਕਾ ਲਾਇਆ ਸੀ। ਉਸੇ ਦੌਰਾਨ ਇਹ ਦੋਨੇ ਵਿਅਕਤੀ ਜਿਹੜੇ ਆ ਵਾਰਦਾਤ 'ਚ ਵਰਤਿਆ ਮੋਟਰਸਾਈਕਲ ਲੈ ਕੇ ਆ ਰਹੇ ਸੀ। ਇਹਨਾਂ ਨੂੰ ਕਾਬੂ ਕਰਕੇ ਜਿਹੜਾ ਆ ਇਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਇਹਨਾਂ ਕੋਲੋਂ ਵਾਰਦਾਤ 'ਚ ਵਰਤਿਆ ਗਿਆ ਮੋਟਰਸਾਈਕਲ, ਇੱਕ ਦਾਤਰ ਅਤੇ ਇੱਕ ਓਪੋ ਫੋਨ ਜਿਹੜਾ ਇਹਨਾਂ ਨੇ ਖੋਹ ਕੀਤਾ ਸੀ ਇਹਨਾਂ ਕੋਲੋਂ ਬਰਾਮਦ ਕੀਤਾ ਗਿਆ ਅਤੇ ਇਹਨਾਂ ਦਾ ਹੁਣ ਪੁੱਛਗਿੱਛ ਚੱਲ ਰਹੀ ਆ ਵੀ ਹੋਰ ਵਾਰਦਾਤਾਂ ਇਹਨਾਂ ਨੇ ਕਿੱਥੇ ਕਿੱਥੇ ਕੀਤੀਆਂ ਨੇ। ਇਹਨਾਂ ਦਾ 2 ਦਿਨ ਦਾ ਜਿਹੜਾ ਰਿਮਾਂਡ ਆ ਮਾਨਯੋਗ ਅਦਾਲਤ 'ਚੋਂ ਲਿਆ ਗਿਆ। ਕਿੰਨੀ ਉਮਰ ਦੇ ਜਿਹੜੇ ਹੈਗੇ? ਇਹ 23-24 ਸਾਲ ਦੇ ਆ, ਇਹ ਜਲੰਧਰ ਤੋਂ ਆ ਰਹੇ ਸੀਗੇ ਅਤੇ ਜਿਹਦੇ ਨਾਲ ਵਾਰਦਾਤ ਹੋਈ ਆ ਗੌਰਵ ਸ਼ਰਮਾ ਉਦਈ, ਉਹ ਜਿਹੜਾ ਕ੍ਰੈਡਿਟ ਕਾਰਡ ਕਲੈਕਸ਼ਨ ਦਾ ਕੰਮ ਕਰਦਾ ਉਹ ਵੀ ਜਲੰਧਰ ਤੋਂ ਆ ਰਿਹਾ ਸੀ। ਉਹ ਜਦੋਂ ਕੰਗ ਸਾਬੂ ਦੇ ਇਲਾਕੇ ਪਹੁੰਚਿਆ ਤਾਂ ਇਹਨਾਂ ਨੇ ਜਿਹੜਾ ਆ ਉਹਦੇ 'ਤੇ ਹਮਲਾ ਕਰਕੇ ਅਤੇ ਉਹਦੇ ਕੋਲ ਜਿਹੜਾ ਇਹ ਖੋਹ ਕੀਤੀ। ਇੱਕ ਜਿਹੜਾ ਹਿਮਾਂਸ਼ੂ ਆ ਇਹਦੇ 'ਤੇ ਇਹਦੀ ਪੁੱਛਗਿੱਛ 'ਚ ਆਇਆ ਵੀ ਇਹਨੇ ਇੱਕ ਪਹਿਲਾਂ ਹੀ ਆਪਣੇ ਉੱਥੇ ਫੋਨ ਖੋਇਆ ਸੀਗਾ ਜੀ ਪਿੰਡ ਦਾਨੇਵਾਲ ਤੋਂ, ਉਹਦੀ ਤਫਤੀਸ਼ ਚੱਲ ਰਹੀ ਹੈ ਜੀ। ਹੋਰ ਹਾਲੇ ਤਫਤੀਸ਼ ਦੇ ਵਿੱਚ ਸਾਹਮਣੇ ਨਹੀਂ ਆਈ ਹੈ ਕੋਈ ਵੀ ਵਾਰਦਾਤ, ਅਗਰ ਜੇ ਤਫਤੀਸ਼ ਦੇ ਵਿੱਚ ਸਾਹਮਣੇ ਆਉਂਦੀ ਹੈ ਉਹ ਆਪ ਜੀ ਦਾ ਸਾਂਝੀ ਕਰਾਂਗੇ। जय गुरुदेव हॉस्पिटल महोली रोड मथुरा, हमारे यहाँ माइनर ओटी इमरजेंसी आईसीयू पीआईसीयू एनआईसीयू सभी प्रकार की सिटी स्कैन एक्सरे अल्ट्रासाउंड अत्याधुनिक पैथोलॉजी लैब प्राइवेट एवं जनरल वार्ड डीलक्स रूम महिला चिकित्सकों द्वारा डिलीवरी सुविधा आंखों का ऑपरेशन दांतों का उपचार सभी प्रकार के ऑपरेशन उचित दर पर दवाइयाँ 24 घंटे एम्बुलेंस सुविधा जनपद में सबसे कम दर पर 100 रुपए में ओपीडी सुविधा उपलब्ध है। संपर्क करें 8650777901।